நாளே வாஜ காட்டு காட்டு கை அவுந்திய ஓ சேக நல்ல காத்த மனு லாகுத நட்ட வார்க்க தீபராவலம் கீ கல் பேட்டரி லோ ஓ கோயி கல் நீ எக்க தின சாப் தியே பேட்டரி லோ ஹோ ஜானி ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਬਜ਼ੁਰਗੋ ਕੀ ਹਾਲ ਚਾਲ ਹੈ ਬਸ ਹਾਲ ਤਾਂ ਬੁਰੇ ਹੈ ਚਾਲ ਤੁਸੀਂ ਦੇਖ ਲਈ ਹੋਣੀ ਨਹੀਂ ਚਾਲ ਮੈਂ ਦੇਖ ਲਈ ਤੁਹਾਡੀ ਡਾਮਾ ਡੋਲੀ ਸੀ ਦੱਸੋ ਸਰੀਰ ਦਾ ਕੀ ਹਾਲ ਹੈ ਸਰੀਰ ਦਾ ਕੀ ਦੱਸੀਏ ਬਸ ਮੋਬਾਈਲ ਫੋਨ ਵਾਲਾ ਹੀ ਹਾਲ ਹੈ ਮੇਰਾ ਤਾਂ ਮੋਬਾਈਲ ਫੋਨ ਦਿਖਾਉਣ ਆਇਓ ਜਾਂ ਤੁਹਾਨੂੰ ਚੈੱਕ ਕਰਾਂ ਚੈੱਕ ਤਾਂ ਤੁਸੀਂ ਮੈਨੂੰ ਹੀ ਕਰੋ ਮੈਂ ਤਾਂ ਬਸ ਇਹ ਕਹਿੰਦਾ ਸੀ ਵੀ ਮੇਰਾ ਵੀ ਹੁਣ ਸਰੀਰ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਨੋਕੀਆ ਦੀ ਬੈਟਰੀ ਵਾਂਗੂ ਪਟਾਕਾ ਪੈਂਦਾ ਨਹੀਂ ਦੱਸੋ ਕੀ ਪ੍ਰੋਬਲਮ ਹੈ ਮੋਬਾਈਲ ਫੋਨ ਵਾਲੀ ਕਿਹੜੀ ਪ੍ਰੋਬਲਮ ਤੁਹਾਨੂੰ ਮੋਬਾਈਲ ਫੋਨ ਵਾਲੀ ਇਹ ਪ੍ਰੋਬਲਮ ਹੈ ਹਾਂ ਇਨਕਮ ਕੀਤਾ ਹੈਗੀ ਆ ਠੀਕ ਅੱਛਾ ਜਮਾ ਦਰੁਸਤ ਅੱਛਾ ਪੰਗਾ ਆਊਟ ਗੋਇੰਗ ਵੇਲੇ ਪੈਂਦਾ ਆਊਟ ਗੋਇੰਗ ਹਾਂ ਅੱਛਾ ਆਊਟ ਗੋਇੰਗ ਵੇਲੇ ਬਹੁਤ ਟਾਈਮ ਲੱਗਦਾ ਕੀ 15-15 ਰਿੰਗ ਟੋਨਾ ਆ ਜਾਂਦੀਆਂ ਨੇ ਬਦਲ ਕੇ ਠੀਕ ਹੈ ਹੈ ਵੀ ਵੀ 25-25 ਮੈਂ ਸਕੌਲਾਂ ਹੋ ਜਾਂਦੀਆਂ ਅੱਛਾ ਜੀ ਬਸ ਮੈਸੇਜ ਨਹੀਂ ਆਉਂਦਾ ਅੱਛਾ ਮੈਸੇਜ ਦਾ ਪੰਗਾ ਹੈ ਹਾਂ ਅੱਛਾ 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 ਠੀਕ ਹੈ ਆ ਤੁਸੀਂ ਮਾੜਾ ਜਿਹਾ ਮੇਰਾ ਇਨਬੋਕਸ ਚੈੱਕ ਕਰੋ ਮੈਨੂੰ ਲੱਗਦਾ ਮੈਂ ਮਰੀ ਹੋਈ ਪਈ ਹੈ ਹੁਣ ਫੁੱਲ ਕਿਉਂਕਿ ਮੇਰੀ ਵੀ ਮੋਬਾਈਲ ਵਾਂਗੂ ਬਹੁਤ ਦੇਰ ਦੀ ਇਕੱਠੀ ਹੋਈ ਪਈ ਹੈ ਮੈਮਰੀ ਹੈ ਹੈਂ ਬਸ ਕੁਛ ਡਾਟੇ ਇਹੋ ਜਿਹੇ ਨੇ ਜਿਹੜੇ ਡਿਲੀਟ ਕਰਿਆ ਤੂੰ ਹੀ ਸਰੂ ਦੇਖੋ ਬਜ਼ੁਰਗੋ ਗੱਲ ਇਹ ਆ ਵੀ ਤੁਹਾਡੀਆਂ ਖੁਰਾਕਾਂ ਖਾਧੀਆਂ ਹੋਈਆਂ ਪੁਰਾਣੀਆਂ ਹਾਂ ਹਾਂ ਪੁਰਾਣੀਆਂ ਆਖਿਆ ਬੜੀਆਂ ਆਖਿਆ ਹਾਂ ਉਹ ਮੈਂ ਹੁੰਦਾ ਸੀ ਕਰਤਾਰਾ ਹੁੰਦਾ ਸੀ ਓਏ ਅਜੇ ਤਾਂ ਹਫਤਾ ਹਫਤਾ ਪੁਰਾਣਾ ਪਰੌਂਠਾ ਨਹੀਂ ਥੇ ਛੱਡ ਇਹ ਤੁਹਾਡੇ ਬਜ਼ੁਰਗੋ ਉਸ ਵੇਲੇ ਦੀਆਂ ਖੁਰਾਕਾਂ ਅਤੇ ਅੱਜ ਕੱਲ੍ਹ ਦੀ ਖੁਰਾਕਾਂ 'ਚ ਬਹੁਤ ਫਰਕ ਹੈ ਅੱਜ ਕੱਲ੍ਹ ਦੇਖ ਲੈ ਤੁਹਾਡੇ ਵਰ ਗਏ ਮੁੰਡਿਆਂ ਤੋਂ ਤੜਕੇ ਦੀ ਪੱਕੀ ਹੋਈ ਰੋਟੀ ਦੁਪਹਿਰੇ ਨਹੀਂ ਖਾ ਹੁੰਦੇ ਕਹਿੰਦੇ ਇਹਦੇ 'ਚ ਬਾਏਬਾਦੀ ਹੈ ਤੁਸੀਂ ਇਹਨਾਂ ਗੱਲਾਂ ਨੂੰ ਛੱਡੋ ਇਸੇ ਕਰਕੇ ਤੁਹਾਡਾ ਹੱਡ ਪੈਰ ਚੱਲਦੇ ਨੇ ਕਿ ਤੁਸੀਂ ਪਹਿਲਾਂ ਪ੍ਰੈਕਟਿਸਾਂ ਐਕਸਰਸਾਈਜ਼ਾਂ ਕੰਮ ਜ਼ਿਆਦਾ ਕਰਦੇ ਸੀ ਗੋਡਿਆਂ ਦੇ ਦੇਖ ਲਓ ਹਾਂ ਅਜੇ ਤੱਕ ਨਹੀਂ ਗਰੀਸ ਮੁੱਕੇ ਆ ਹਾਂ ਉਹ ਤੁਰਿਆ ਭਾਵੇਂ ਘੱਟ ਜਾਂਦਾ ਉੱਪਰ ਭਾਰ ਵੱਧ ਗਿਆ ਠੀਕ ਹੈ ਦੇਖੋ ਜੇ ਹੁਣ ਆਪਾਂ ਤੂਤ ਦੀਆਂ ਛੱਟੀਆਂ ਦੇ ਉੱਤੇ ਪਾਣੀ ਦਾ ਭਰਿਆ ਹੋਇਆ ਘੜਾ ਰੱਖੀਏ ਉਹ ਤਾਂ ਫਿਰ ਵਿੰਗੀਆਂ ਹੋਣੀਆਂ ਬਿਲਕੁਲ ਬਿਲਕੁਲ ਦੇਖੋ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਗੋਡਿਆਂ 'ਚੋਂ 30 ਸਾਲ ਦੀ ਉਮਰ 'ਚ ਗਰੀਸ ਮੁੱਕ ਜਾਂਦਾ ਮੁੱਕ ਜਾਂਦਾ ਬਿਲਕੁਲ ਠੀਕ ਇੱਕ ਮਿੰਟ ਮੈਂ ਤੁਹਾਨੂੰ ਚੈੱਕ ਕਰ ਲਾਂ ਤੁਹਾਨੂੰ ਜਿਹੜਾ ਮੋਬਾਈਲ ਏਰੀਆ ਹੋ ਗਿਆ ਕੈਮਰਾ ਠੀਕ ਹੈ ਫੋਟੋ ਬਿਲਕੁਲ ਕਲੀ ਆ ਰਹੀ ਆ ਦੋਸਤੋ ਬਲੂਟੁੱਥ ਵੀ ਠੀਕ ਹੈ ਮੈਂ ਬਲੂਟੁੱਥ ਨਹੀਂ ਮੈਂ ਬਾਈਟ ਟੁੱਥ ਦੇਖ ਰਿਹਾ ਬਾਬਾ ਜੀ ਤੁਹਾਨੂੰ ਹੋ ਗਿਆ ਮੋਬਾਈਲ ਏਰੀਆ ਇੱਕ ਤਾਂ ਤੁਸੀਂ ਮੋਬਾਈਲ ਵਾਲੇ ਟਾਵਰ 'ਤੇ ਚੜ੍ਹ ਕੇ 2 ਗੋਲੀਆਂ ਖਾਣੀਆਂ ਠੀਕ ਹੈ ਇੱਕ ਤੁਹਾਡਾ ਸਿਮ ਬਦਲਣਾ ਪੈਣਾ ਹੈ ਨੰਬਰ ਸੇਮ ਰਹਿ ਜੂਗਾ ਮੇਰਾ ਨੰਬਰ ਤਾਂ ਸੇਮ ਰਹਿ ਜੂ ਪਰ ਫੋਨ ਬੁੱਕ ਚਲੀ ਜਾਊਗੀ ਠੀਕ ਹੈ ਨਾ ਇੱਕ ਆ ਵਾਈਬ੍ਰੇਸ਼ਨ ਬੰਦ ਕਰੋ ਤੁਸੀਂ ਡਾਕਟਰ ਸਾਹਿਬ ਵਾਈਬ੍ਰੇਸ਼ਨ ਦੀ ਕੀ ਗੱਲ ਕਰਦੇ ਹੋ ਹੁਣ ਉਹ ਉਮਰ ਐਸੇ ਮੋੜ 'ਤੇ ਖੜੀ ਹੈ ਵੀ ਹੁਣ ਤਾਂ ਕਿਸੇ ਦਿਨ ਵੀ ਸਾਈਲੈਂਟ 'ਤੇ ਹੀ ਲੱਗ ਜਾਣ ਬਜ਼ੁਰਗੋ ਬਾਬਾ ਜੀ ਮੈਨੂੰ ਲੱਗਦਾ ਬਾਬਾ ਜੀ ਸਾਈਲੈਂਟ ਹੋਣ ਨੂੰ ਫਿਰਦੇ ਸੀ ਇਹ ਸਵਿੱਚ ਆਫ ਹੀ ਹੋ ਗਏ ਨੋਟ ਰੀਚੇਬਲ ਹੀ ਆਉਂਦੇ ਨੇ ਬਾਬਾ ਜੀ